ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਕਾਕਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਐ ਕਈ-ਕਈ ਸਾਲਾਂ ਤੋਂ ਦਵਾਈਆਂ ਖਾ ਰਹੇ ਐ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਖਾ ਕੇ ਹੋਰ ਸਰੀਰ ਨੂੰ ਖਰਾਬ ਕਰ ਰਹੇ ਐ ਅੱਕ ਚੁੱਕੇ ਐ ਥੱਕ ਚੁੱਕੇ ਐ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਆਪਾਂ ਮਿਲਦੇ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਿਹੜਾ ਇਹ ਡਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਲਹਿਰਾਗਾਗਾ ਨੇੜੇ ਸ਼ਹਿਰ ਬੁੜਲਾਡਾ ਸੁਨਾਮ ਬਰੇਟਾ ਲਹਿਰਾਗਾਗਾ ਇਹ ਨੇੜੇ ਸ਼ਹਿਰ ਨੇ ਹਰ ਐਤਵਾਰ ਨੂੰ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ ਬਾਕੀ ਸਾਡੇ ਦਵਾਖਾਨੇ ਨੂੰ ਬਦਨਾਮ ਕਰਨ ਵਾਸਤੇ ਸਾਡੇ 10 ਕਿ ਪਿੰਡ ਦੇ ਵਿੱਚ ਹੀ ਬਹੁਤ ਭੈੜੀ ਸੋਚ ਦੇ ਬੰਦੇ ਹੁੰਦੇ ਆ ਜਿਹੜੇ ਐਤਵਾਰ ਨੂੰ ਸੰਗਤ ਨੂੰ ਗਲਤ ਗਾਈਡ ਕਰਦੇ ਆ ਵੀ ਉੱਥੇ ਦਵਾਈ ਲੈਣ ਨਾ ਜਾਓ ਜੀ ਉਹ ਤਾਂ ਗਲਤ ਦਵਾਈ ਦਿੰਦੇ ਆ ਉਹਨਾਂ ਦੀ ਦਵਾਈ ਨਾਲ ਕੋਈ ਠੀਕ ਨਹੀਂ ਹੁੰਦਾ ਉਹ ਈਰਖਾ ਵਾਲੇ ਲੋਕ ਉਹਹਿਆਂ ਤੋਂ ਜਰੂਰ ਆਪਾਂ ਸੁਚੇਤ ਰਹਿਣੇ ਸੋ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਅੱਜ ਜਿਸ ਵਿਸ਼ੇ ਚ ਜਿਸ ਸੰਬੰਧ ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਗਠੀਆ ਰੋਗ ਬਾਤ ਦਾ ਰੋਗ ਹੈ ਜਦੋਂ ਬਾਤ ਬਿਲਕੁਲ ਹਾਈ ਹੋ ਜੇ ਸਰੀਰ ਦੇ ਵਿੱਚ ਤਾਂ ਇਹ ਰੋਗ ਸ਼ੁਰੂ ਹੁੰਦਾ ਹੈ ਗਠੀਆ ਇਹਦੇ ਨਾਲ ਸਰੀਰ ਦੇ ਵਿੱਚ ਥਾਂ-ਥਾਂ ਤੇ ਗੱਠਾਂ ਵੀ ਬਣ ਜਾਂਦੀਆਂ ਨੇ ਗਠੀਆ ਵੀ ਅੱਗੇ ਕਈ ਪ੍ਰਕਾਰ ਦਾ ਹੈ ਇਹਦੇ ਨਾਲ ਸਰੀਰ ਦੇ ਅੰਗ ਪੈਰ ਨੇ ਜਿਹੜੇ ਜਦੋਂ ਜਾਦੇ ਬਾਦੇ ਜੇ ਤਾਂ ਟੇਡੇ ਵਿੰਗੇ ਹੋ ਜਾਂਦੇ ਆ ਬੰਦੇ ਨੂੰ ਮੰਜੀ ਦੇ ਉੱਪਰੇ ਰੋਗ ਪਾ ਦਿੰਦਾ ਹੈ ਕਈਆਂ ਦੇ ਹੱਥ ਪੈਰ ਵਿੰਗੇ ਟੇਡੇ ਨਹੀਂ ਵੀ ਹੁੰਦੇ ਪਰ ਦਰਦਾਂ ਜ਼ਿਆਦੇ ਹੁੰਦੀਆਂ ਨੇ ਸਰੀਰ ਦੇ ਵਿੱਚ ਜੋੜਾਂ ਦੇ ਵਿੱਚ ਗੰਢਾ ਬਣ ਜਾਂਦੀਆਂ ਨੇ ਸਰੀਰ ਦੇ ਅੰਗ ਪੈਰ ਮੁੜਨੋਂ ਹਟ ਜਾਂਦੇ ਆ ਬਹੁਤ ਜ਼ਿਆਦੇ ਭਿਆਨਕ ਰੋਗ ਹੈ ਇਹ ਗਠੀਆ ਬੰਦੇ ਨੂੰ ਰੋਟੀ ਖਾਣ ਜੋਗਾ ਵੀ ਨਹੀਂ ਛੱਡਦਾ ਇੱਥੇ ਤੱਕ ਹੱਥ ਪੈਰਾਂ ਨੂੰ ਆਕੜ ਜਾਂਦੇ ਆ ਸਰੀਰ ਗਠੀਏ ਵਾਲੇ ਦਾ ਨਰਕ ਬਣਾ ਦਿੰਦਾ ਜ਼ਿੰਦਗੀ ਨੂੰ ਇਹ ਰੋਗ ਜੇ ਜਾਦੇ ਬਾਤ ਜੇ ਬਾਤ ਜਾਦੇ ਵਿਗੜ ਜੇ ਸੋ ਇਹਦੇ ਵਾਸਤੇ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਨੁਕਤਾ ਤੁਹਾਡੀ ਚੋਲੀ ਚ ਪਾਉਣ ਲੱਗੇ ਆ ਮੇਰੇ ਤੋਂ ਗਰੰਟੀ ਨਾਲ سٹਾਮ ਤੇ ਲਿਖਾ ਕੇ ਲੈ ਲਓ 3 ਮਹੀਨੇ ਇਹ ਨੁਕਤਾ ਤੁਸੀਂ ਜਿਹੜੇ ਬੰਦੇ ਨੂੰ ਗਠੀਏ ਦਾ ਰੋਗ ਹੈ ਬਾਤ ਦਾ ਰੋਗ ਹੈ 3 ਮਹੀਨੇ ਇਹ ਨੁਕਤਾ ਖਵਾ ਦਿਓ ਮੈਂ ਦਾਅਵੇ ਨਾਲ ਗਰੰਟੀ ਨਾਲ ਕਹਿ ਸਕਦਾ ਉਹਨੂੰ ਜ਼ਿੰਦਗੀ ਚ ਜੋੜਾਂ ਦੇ ਦਰਦਾਂ ਦੀ ਕੋਈ ਦਿੱਕਤ ਨਹੀਂ ਆਏਗੀ ਗਠੀਆ ਰੋਗ ਉਹਦਾ 3 ਮਹੀਨਿਆਂ ਚ ਬਿਲਕੁਲ ਖਤਮ ਹੋ ਜਾਏਗਾ ਨੈਗੇਟਿਵ ਆਉਣ ਲੱਗ ਜਾਏਗਾ ਔਰ ਜੋੜਾਂ ਦੇ ਵਿੱਚ ਚਰਬੀ ਘਟ ਗਈ ਹੈ ਜਿਨ੍ਹਾਂ ਦੇ ਜਿਹਨੂੰ ਅਸੀਂ ਗਰੀਸ ਕਹਿੰਦੇ ਆ ਮੁੱਕ ਜਾਂਦੀ ਹੈ ਉਹ ਵੀ ਬਿਲਕੁਲ ਗਰੰਟੀ ਦੇ ਨਾਲ ਇਸ ਨੁਕਤੇ ਨਾਲ ਦੁਬਾਰਾ ਗਰੀਸ ਹੈ ਜਿਹੜੀ ਉਹ ਦੁਬਾਰੇ ਬਣ ਜਾਂਦੀ ਹੈ ਚਰਬੀ ਦੁਬਾਰੇ ਬਣ ਜਾਂਦੀ ਹੈ ਹੱਡੀ ਦੇ ਵਿੱਚ ਜੋੜਾਂ ਦੇ ਦਰਦਾਂ ਦੀ ਜਿੱਡੀ ਮਰਜੀ ਸਮੱਸਿਆ ਹੈ ਇਹ ਨੁਕਤਾ ਵਰਤੋ 3 ਮਹੀਨਿਆਂ ਚ ਤੁਹਾਨੂੰ ਉਦੋਂ ਬਾਅਦ ਕਦੇ ਦਿੱਕਤ ਨਹੀਂ ਆਏਗੀ ਨੁਕਤਾ ਨੋਟ ਕਰ ਲਓ ਜਿਹੜੀਆਂ ਚੀਜ਼ਾਂ ਲੈਣੀਆਂ ਜੜੀ ਬੂਟੀਆਂ ਖਾਣ ਵਾਸਤੇ ਜਿਹੜੀ ਦਵਾਈ ਬਣਾਉਣੀ ਆ ਉਹਦੇ ਵਿੱਚ ਤੁਸੀਂ ਲੈਣੀ ਆ ਸ਼ੁੱਧ ਗੰਧਕ 50 ਗ੍ਰਾਮ ਕੌਂਚ ਬੀਜ 50 ਗ੍ਰਾਮ ਸ਼ਤਾਵਰ 50 ਗ੍ਰਾਮ ਵਿਹਦਾਰੀ 50 ਗ੍ਰਾਮ ਜਲਵਤਰੀ 50 ਗ੍ਰਾਮ ਅਕਰਕਰਾ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਸ਼ੁੱਧ ਕੁਜਲਾ 50 ਗ੍ਰਾਮ ਸੇਰੰਗ ਭਸਮ 10 ਗ੍ਰਾਮ ਤੇ ਸ਼ੁੱਧ ਗੁਗਲ 50 ਗ੍ਰਾਮ ਪਖੜਾ ਬੂਟੀ 50 ਗ੍ਰਾਮ ਦਾਲ ਚੀਨੀ 50 ਗ੍ਰਾਮ ਸੁੰਡ 50 ਗ੍ਰਾਮ ਮਗਾ 50 ਗ੍ਰਾਮ ਕਾਲੀ ਮਿਰਚ 50 ਗ੍ਰਾਮ ਗਲੋਏ ਦਾ ਸੱਤ 50 ਗ੍ਰਾਮ ਗੋਰਖਮੁੰਡੀ 50 ਗ੍ਰਾਮ ਤੇ ਅਰਜਣ 50 ਗ੍ਰਾਮ ਅਰਜੰਦੀ ਛਾਲ 50 ਗ੍ਰਾਮ ਮਾਲ ਕੰਗਣੀ 50 ਗ੍ਰਾਮ ਰਤਨ ਜੋਤ 50 ਗ੍ਰਾਮ ਮੂਸਲੀ ਕਾਲੀ 50 ਗ੍ਰਾਮ ਸਿੰਗਰਫ ਭਸਮ ਸ਼ੁੱਧ ਕੀਤੀ ਹੋਈ 10 ਗ੍ਰਾਮ ਤਤੂਰੇ ਦੇ ਬੀਜ ਸ਼ੁੱਧ ਕੀਤੇ ਹੋਏ 50 ਗ੍ਰਾਮ ਤੇ ਤਿਰਵੀ 50 ਗ੍ਰਾਮ ਮਿੱਠੀਆਂ ਸੁਰੰਜਾਂ 50 ਗ੍ਰਾਮ ਮਸਤ ਕਰੂਮੀ 50 ਗ੍ਰਾਮ ਤੇ ਛੋਟੀ ਹਰੜ ਇਹਨਾਂ ਤੁਸੀਂ 50 ਗ੍ਰਾਮ ਲੈ ਕੇ 50 ਗ੍ਰਾਮ ਘਿਓ ਦੇ ਵਿੱਚ ਪਾ ਕੇ ਇਹਨੂੰ ਗਰਮ ਕਰਨਾ ਤੇ ਫੁੱਲ ਜਾਣਗੀਆਂ ਉਸ ਤੋਂ ਬਾਅਦ ਧੁੱਪੇ ਸੁਕਾ ਕੇ ਫਿਰ ਇਹ ਵਿੱਚ ਪੀਸ ਕੇ ਪਾਉਣੀ ਆ 50 ਗ੍ਰਾਮ ਤੇ ਇਸੇ ਤਰ੍ਹਾਂ ਚਾਰੇ ਜੁਆਇਨਾ ਨੇ ਜਿਹੜੀਆਂ ਉਹ 50 ਗ੍ਰਾਮ ਹਿੰਗ 10 ਗ੍ਰਾਮ ਨੁਸਾਦਰ 50 ਗ੍ਰਾਮ ਹਲਦੀ ਜਿਹੜੀ ਆਪਾਂ ਘਰੇ ਵਰਤਦੇ ਆ ਇਹ ਵੀ 50 ਗ੍ਰਾਮ ਤੇ ਇੱਕ ਦਾਰੂ ਹਲਦੀ ਇਹ ਵੀ 50 ਗ੍ਰਾਮ ਤੇ ਸਣ ਦੇ ਬੀਜ ਮਿਲ ਜਾਣਗੇ 50 ਗ੍ਰਾਮ ਵੀਰ ਬੌਟੀ 50 ਗ੍ਰਾਮ ਭੰਗਰਾ 50 ਗ੍ਰਾਮ ਤੇ ਭੰਗ ਜਿਹੜਾ ਸੁੱਖਾ ਹੁੰਦਾ ਹੈ ਉਹਦੇ ਬੀਜ 20 ਗ੍ਰਾਮ ਇਹ ਸਾਰੀਆਂ ਚੀਜ਼ਾਂ ਜਿਸ ਮਾਤਰਾ ਚ ਮੈਂ ਦੱਸੀਆਂ ਇਹਨਾਂ ਨੂੰ ਲੈ ਕੇ ਚੰਗੀ ਤਰ੍ਹਾਂ ਬਰੀਕ ਪੀਸ ਲੈਣਾ ਇੱਕ ਚਮਚ ਦਵਾਈ ਸਵੇਰੇ ਖਾਲੀ ਪੇਟ ਲੈਣੀ ਹੈ ਗਰਮ ਪਾਣੀ ਨਾਲ ਇੱਕ ਚਮਚ ਦਵਾਈ ਸ਼ਾਮ ਨੂੰ ਰੋਟੀ ਤੋਂ 1 ਘੰਟਾ ਪਹਿਲਾਂ ਦੋ ਟਾਈਮ ਇਹ ਦਵਾਈ ਲੈਣੀ ਹੈ ਗਠੀਏ ਵਾਲੇ ਮਰੀਜ਼ ਨੇ ਤੇ ਤੇਲ ਜਿਹੜੀ ਰਾਤ ਨੂੰ ਸੌਣ ਲੱਗਿਆਂ ਮਾਲਿਸ਼ ਕਰਨੀ ਹੈ ਉਹ ਤੁਸੀਂ ਜਿਹੜਾ ਬਣਾਉਣਾ ਹੈ ਉਹ ਵੀ ਨੋਟ ਕਰ ਲਓ। ਤਿਲਾਂ ਦਾ ਤੇਲ ਲੈਣਾ 1 ਲੀਟਰ, ਅਰੰਡ ਦਾ ਤੇਲ ਲੈਣਾ ਅੱਧਾ ਲੀਟਰ ਤੇ ਜੈਤੂਨ ਦਾ ਤੇਲ ਲੈਣਾ ਅੱਧਾ ਲੀਟਰ ਤੇ ਧੂਰੇ ਦਾ ਬੀਜਾਂ ਦਾ ਤੇਲ ਤੇ ਧੂਰਾ ਰੋਗਣ ਹੈ ਜਿਹੜਾ ਉਹ ਲੈਣਾ ਤੁਸੀਂ 200 ml। ਇਹਨਾਂ ਸਾਰੇ ਤੇਲਾਂ ਨੂੰ ਮਿਕਸ ਕਰਕੇ ਥੋੜਾ ਜਿਹਾ ਗਰਮ ਕਰ ਲੈਣਾ। ਉਹਦੇ ਵਿੱਚ ਤੁਸੀਂ ਕਪੂਰ 50 ਗ੍ਰਾਮ ਪਪਲਾਮੈਂਟ 50 ਗ੍ਰਾਮ ਜੈਫਲ 50 ਗ੍ਰਾਮ ਦਾਲਚੀਨੀ 50 ਗ੍ਰਾਮ ਅਕਰਕਰਾ 50 ਗ੍ਰਾਮ ਤੇ ਲਾਲ ਮਿਰਚਾਂ ਦੇ ਬੀਜ ਕੁੱਟ ਕੇ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਦੋ ਫਾੜ ਚੰਗੀ ਤਰ੍ਹਾਂ ਪੀਸ ਕੇ ਇਹ ਤੇਲਾਂ ਦੇ ਵਿੱਚ ਪਾ ਕੇ ਉਬਾਲ ਲੈਣਾ ਜਦੋਂ ਅੱਧਾ ਰਹਿ ਗਿਆ ਇਹ ਤੇਲ ਉਬਲ ਉਬਲ ਕੇ ਤਾਂ ਇਹਨੂੰ ਠੇਠਾ ਉਤਾਰ ਲੈਣਾ ਇਹਦੀ ਮਾਲਿਸ਼ ਕਰਨੀ ਆ ਰਾਤ ਨੂੰ ਸੌਣ ਲੱਗਿਆਂ ਸਾਰੇ ਸਰੀਰ ਤੇ ਸਾਰੇ ਅੰਗਾਂ ਪੈਰਾਂ ਤੇ ਮੈਂ ਗਰੰਟੀ ਦਾਅਵੇ ਨਾਲ ਸਟੈਂਪ ਪੇਪਰ ਤੇ ਲਿਖ ਕੇ ਦਿੰਨਾ ਤੁਹਾਨੂੰ ਗਠੀਏ ਦਾ ਜਿੱਡਾ ਮਰਜੀ ਰੋਗ ਹੈ 3 ਮਹੀਨਿਆਂ ਦੇ ਵਿੱਚ ਜਿੱਡਾ ਮਰਜੀ ਗਠੀਏ ਦਾ ਰੋਗ ਹੈ 3 ਮਹੀਨਿਆਂ ਦੇ ਵਿੱਚ ਗਰੰਟੀ ਦੇ ਨਾਲ ਇਹ ਰੋਗ ਹੈ ਜਿਹੜਾ ਸਮਾਪਤ ਹੋ ਜਾਏਗਾ ਜੋੜਾਂ ਦੇ ਜਿੰਨੇ ਵੀ ਦਰਦ ਨੇ ਜੁਰਕ ਐਕਸਰ ਹੈ ਜੋੜਾਂ ਦੇ ਵਿੱਚ ਗਰੀਸ ਖਤਮ ਹੋ ਗਈ ਹੈ ਡਾਕਟਰ ਕਹਿੰਦੇ ਆ ਗੋਡੇ ਬਦਲਨੇ ਪੈਣਗੇ ਜੋੜਾਂ ਦੇ ਦਰਦਾਂ ਦੀ ਸਮੱਸਿਆ ਰੀਡ ਦੀ ਹੱਡੀ ਦੇ ਮਣਕੇ ਦੀ ਸਮੱਸਿਆ ਗਠੀਏ ਦਾ ਜਿੱਡਾ ਮਰਜੀ ਪੁਰਾਣਾ ਰੋਗ ਚ 20 ਸਾਲ ਪੁਰਾਣਾ ਹੋਵੇ ਬੰਦਾ ਮੰਜੀ ਤੇ ਅੰਗ ਪਰ ਟੇਡੇ ਹੋ ਕੇ ਪੈ ਗਿਆ ਹੋਵੇ ਮੈਂ ਗਰੰਟੀ ਨਾਲ ਦਾਵੇ ਨਾਲ ਸਟੈਂਪ ਪੇਪਰ ਤੇ ਲਿਖ ਦਿੰਦਾ ਇਸ ਨੁਕਸੇ ਨੂੰ 3 ਮਹੀਨੇ ਖਵਾ ਦਿਓ ਤੁਹਾਨੂੰ ਗੋਡੇ ਬਦਲਾਣ ਦੀ ਲੋੜ ਨਹੀਂ ਗਠੀਆ ਤੁਹਾਡੇ ਸਰੀਰ ਚ ਨਹੀਂ ਰਹੇਗਾ ਜੋੜਾਂ ਦੇ ਦਰਦਾਂ ਦੀ ਕੋਈ ਦਰਦ ਕੋਈ ਪ੍ਰੋਬਲਮ ਨਹੀਂ ਆਏਗੀ ਬਾਕੀ ਹਰ ਐਤਵਾਰ ਨੂੰ ਡਸ ਕੇ ਪਿੰਡ ਦੇ ਵਿੱਚ ਆਪਾਂ ਇਹ ਦਵਾਈ ਬਣਾ ਕੇ ਵੀ ਦਿੰਨੇ ਆਂ ਜੋੜਾਂ ਦੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਗ ਹੈ ਜੋੜਾਂ ਦੇ ਦਰਦਾਂ ਦਾ ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜੋੜਾਂ ਦੇ ਦਰਦਾਂ ਦੀ ਜਿੱਡੀ ਮਰਜ਼ੀ ਕੋਈ ਸਮੱਸਿਆ ਹੈ ਗਠੀਆ ਜਿੰਨੇ ਮਰਜ਼ੀ ਪੁਰਾਣੇ ਜੋੜਾਂ ਦੀ ਗਰੀਸ ਖਤਮ ਹੋ ਗਈ ਹੈ ਡਾਕਟਰ ਕਹਿੰਦੇ ਆ ਬਦਲਾਉਣੇ ਪੈਣਗੇ ਅਸੀਂ ਗਰੰਟੀ ਨਾਲ ਦਾਅਵੇ ਨਾਲ ਕਹਿੰਨੇ ਆ ਤੁਹਾਨੂੰ ਗੋਡੇ ਬਦਲਣ ਦੀ ਲੋੜ ਨਹੀਂ ਗਠੀਏ ਦੀ ਜਿੰਨਾ ਮਰਜੀ ਪੁਰਾਣਾ ਹੈ 3 ਮਹੀਨਿਆਂ ਦੇ ਵਿੱਚ ਸਮਾਪਤੀ ਹੈ ਤੁਸੀਂ ਮੇਰੇ ਤੋਂ ਅਖਲ ਲਖਵਾ ਕੇ ਲੈ ਸਕਦੇ ਹੋ ਬਾਕੀ ਹਰ ਐਤਵਾਰ ਨੂੰ ਡੱਸ ਕੇ ਪਿੰਡ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਬਾਕੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਿਸੇ ਦੁਖੀਏ ਤੱਕ ਪਹੁੰਚ ਸਕੇ ਕਿਸੇ ਦੁਖੀ ਨੂੰ ਸੁਖੀ ਕਰ ਸਕੀਏ ਰੋਂਦੇ ਨੂੰ ਹਸਾ ਸਕੀਏ ਡਿੱਗੇ ਨੂੰ ਉਠਾ ਸਕੀਏ ਸਾਡੇ ਦੇਸ਼ ਨੂੰ ਤੰਦਰੁਸਤ ਕਰ ਸਕੀਏ ਜੜੀ ਬੂਟੀਆਂ ਦੇ ਨਾਲ ਪਿਆਰ ਪਵੇਗਾ ਤਾਂ ਹੀ ਕੁਦਰਤ ਦੀ ਸਾਮ ਸੰਭਾਲ ਹੋਣੀ ਹੈ ਸੋ ਸਾਡਾ ਇਹ ਮਕਸਦ ਹੈ ਮਹਾਪੁਰਸ਼ਾਂ ਦੇ ਦਸੇ ਨੁਕਤੇ ਤੁਹਾਡੀ ਝੋਲੀ 'ਚ ਪਾ ਰਹੇ ਆ ਸੋ ਨੋਟ ਕਰ ਲਿਆ ਕਰੋ ਆਪਣੇ ਵੈਦ ਆਪ ਬਣੋ ਆਪਣੇ ਡਾਕਟਰ ਆਪ ਬਣੋ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਹਰ ਇੱਕ ਨੁਕਤਾ ਤੁਹਾਡੇ ਕੋਲੇ ਪਹਿਲ ਦੇ ਆਧਾਰ ਤੇ ਪਹੁੰਚ ਸਕੇ ਵੀਡੀਓ ਨੂੰ ਅਗੇ ਸ਼ੇਅਰ ਕਰ ਦਿਆ ਕਰੋ ਬਾਕੀ ਤੁਹਾਡਾ ਸਭ ਦਾ ਧੰਨਵਾਦ ਜੀ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ